ਦੋਸਤੋ ਮਰੂਤੀ ਸੁਜ਼ੂਕੀ ਆਉਂਦੇ ਕੁਝ ਸਾਲਾਂ ਚ ਦੋ ਇਲੈਕਟ੍ਰਿਕ ਕਾਰਾਂ ਲਾਂਚ ਕਰਨ ਜਾ ਰਹੀ ਹੈ। ਇਹ ਸਾਰੀਆਂ ਕੰਪਨੀਆਂ ਦੀ ਦੌੜ ਇਲੈਕਟ੍ਰਿਕ ਕਾਰਾਂ ਵੱਲ ਲੱਗੀ ਹੈ ਤੇ ਮਰੂਤੀ ਸੁਜ਼ੂਕੀ ਕਿੱਦਾਂ ਪਿੱਛੇ ਰਹਿ ਸਕਦਾ ਹੈਗਾ? ਕਿਉਂਕਿ ਇੰਡੀਆ ਦੀ ਸਭ ਤੋਂ ਵੱਡੀ ਕਾਰ ਮੈਨੂਫੈਕਚਰ ਕੰਪਨੀ ਹੈ ਤੇ ਜਿਹੜੀ ਤੁਸੀਂ ਕਾਰ ਸਾਹਮਣੇ ਦੇਖ ਰਹੇ ਹੋ ਇਹਦਾ ਨਾਮ EVX ਹੈ ਤੇ ਇੱਕ ਹੋਰ ਕਾਰ ਹੈ ਫਿਊਚਰੋ E। ਦੋ ਕਾਰਾਂ ਜਿਹੜੀਆਂ ਆਟੋ ਐਕਸਪੋ ਦੇ ਵਿੱਚ ਡਿਸਪਲੇ ਕੀਤੀਆਂ ਗਈਆਂ ਨੇ। ਲੁੱਕ ਇਹਦੀ ਬਿਲਕੁਲ ਡਿਫਰੈਂਟ ਆ। ਦੋਨੇ ਕਾਰਾਂ SUV ਸੈਗਮੈਂਟ ਦੇ ਵਿੱਚ ਆਉਣਗੀਆਂ। ਪ੍ਰਾਈਸ ਰੇਂਜ ਵਗੈਰਾ ਹਜੇ ਕੁਝ ਕੰਪਨੀ ਨੇ ਕਲੀਅਰ ਨਹੀਂ ਕੀਤਾ ਪਰ ਇਹ ਜਿਹੜੀ EVX ਆ ਇਹ ਇੱਕ ਚਾਰਜ ਨਾਲ 500 ਪਲੱਸ ਕਿਲੋਮੀਟਰ ਚੱਲੇਗੀ ਕੰਪਨੀ ਦੇ ਦਸਣ ਮੁਤਾਬਕ EVX ਪਹਿਲਾਂ ਲਾਂਚ ਹੋਣ ਦੀ ਸੰਭਾਵਨਾ ਅੰਦਾਜ਼ਾ ਲਾਇਆ ਜਾ ਰਿਹਾ ਕਿ 2024-25 ਦੇ ਆਸ-ਪਾਸ EVX ਲਾਂਚ ਹੋ ਸਕਦੀ ਹੈ ਦੋਨੇ ਹੀ ਕਾਰਾਂ 5 ਸੀਟਰ ਦੇ ਵਿੱਚ ਨੇ 7 ਸੀਟਰ ਚ ਫਿਲਹਾਲ ਮਰੂਤੀ ਸੁਜ਼ੂਕੀ ਦਾ ਕੋਈ ਪਲਾਨ ਨਹੀਂ ਹੈ ਗ੍ਰੈਂਡ ਵਿਟਾਰਾ ਔਰ ਬਰੀਜ਼ਾ ਦੋਨੋਂ ਮੈਟ ਕਲਰਾਂ ਦੇ ਵਿੱਚ ਲਾਂਚ ਹੋ ਗਈਆਂ ਆਟੋ ਐਕਸਪੋ ਦੇ ਵਿੱਚ ਇੱਕ ਗ੍ਰੇ ਕਲਰ ਔਰ ਬਲੂ ਕਲਰ ਡਿਸਪਲੇ ਕੀਤਾ ਗਿਆ ਇਸ ਗੱਡੀ ਦੇ ਵਿੱਚ ਬਾਕੀ ਹੋਰ ਕੋਈ ਚੇਂजेस ਨਹੀਂ ਆ ਸਿਰਫ ਕਲਰ ਚੇਂਜ ਮੈਟ ਕਲਰ ਟਾਪ ਵੇਰੀਐਂਟ ਦੇ ਵਿੱਚ ਹੀ ਅਵੇਲੇਬਲ ਹੋਣਗੇ ਇਹਦੇ ਮੈਟ ਦੇ ਵਿੱਚ ਵੀ ਲਗ ਲਗ ਡਿਫਰੈਂਟ ਡਿਫਰੈਂਟ ਕਲਰ ਹੋਣਗੇ ਔਰ ਬਾਕੀ ਸਾਰੀ ਗ੍ਰੈਂਡ ਵਿਟਾਰਾ ਸੇਮ ਹੈ ਇਹਦੇ ਵਿੱਚ ਕੋਈ ਨਾਰਮਲ ਗ੍ਰੈਂਡ ਵਿਟਾਰਾ ਨਾਲੋਂ ਕੋਈ ਵੀ ਫਰਕ ਨਹੀਂ ਹੈ ਇਹ ਅੱਗੇ ਆ ਗਈ ਬਰੀਜ਼ਾ ਨੋਰਮਲ ਬਰੀਜ਼ਾ ਔਰ ਇਹ ਵੀ ਮੈਟ ਕਲਰ ਦੇ ਵਿੱਚ ਹੈ ਗ੍ਰੇ ਕਲਰ ਦੇ ਵਿੱਚ ਹੈ ਔਰ ਦੋਸਤੋ ਇਹ ਕਲਰ ਬਹੁਤ ਹੀ ਜਿਆਦਾ ਖੂਬਸੂਰਤ ਲੱਗਦਾ ਹੈ ਕੈਮਰੇ ਦੇ ਵਿੱਚ ਇੰਨਾ ਸੋਹਣਾ ਨਹੀਂ ਲੱਗ ਰਿਹਾ ਜਿੰਨਾ ਸਾਹਮਣੇ ਦੇਖਣ ਤੋਂ ਸੋਹਣਾ ਲੱਗਦਾ ਮਰੂਤੀ ਸੰਜੁਕੀ ਵੱਲੋਂ ਇੱਕ ਵੱਖਰੀ ਚੀਜ਼ ਪੇਸ਼ ਕੀਤੀ ਗਈ ਹੈ ਔਰ ਦੋਸਤੋ ਕੱਲਾ ਮਰੂਤੀ ਸੰਜੁਕੀ ਨਹੀਂ ਜਦੋਂ ਆਪਾਂ ਸਾਰਾ ਆਟੋ ਐਕਸਪੋ ਫਿਰਿਆ ਤੇ ਕਾਫੀ ਕੰਪਨੀਆਂ ਨੇ ਮੈਟ ਜਿਹੜੀ ਰੇਂਜ ਆ ਉਹ ਆਪਣੇ ਅਲੱਗ-ਅਲੱਗ ਵੇਰੀਐਂਟਾਂ ਦੇ ਵਿੱਚ ਲਾਂਚ ਕਰ ਦਿੱਤੀ ਆ ਇਹ ਦੂਸਰੀ ਨਾਰਮਲ ਬਰੀਜ਼ਾ ਨਾਲੋਂ ਇਹਦੇ ਵਿੱਚ ਕੋਈ ਫਰਕ ਨਹੀਂ ਹੈਗਾ ਸਿਰਫ ਕਲਰਾਂ ਦੇ ਵਿੱਚ ਹੀ ਫਰਕ ਹੈ ਮੈਟ ਦੇ ਅਲੱਗ-ਅਲੱਗ ਕਲਰ ਜਿਹੜੇ ਆ ਰਹੇ ਆ ਬਰੀਜ਼ਾ ਦੇ ਵਿੱਚ ਵੀ ਟੌਪ ਵੇਰੀਐਂਟ ਦੇ ਵਿੱਚ ਹੀ ਮੈਟ ਕਲਰ ਮਿਲਣਗੇ ਦੋਸਤੋ ਇਹ ਕੋਈ ਰੈਪ ਨਹੀਂ ਕੀਤੀ ਹੋਈ ਕਿ ਦੇਖਣ ਨੂੰ ਲੱਗੇਗਾ ਤੁਹਾਨੂੰ ਕਿ ਸ਼ਾਇਦ ਉੱਤੇ ਰੈਪ ਕੀਤੀ ਹੋਈ ਆ ਪਰ ਇਹ ਪੇਂਟ ਹੀ ਕੀਤਾ ਗਿਆ ਮੈਟ ਫਿਨਿਸ਼ਿੰਗ ਦੇ ਵਿੱਚ ਪਹਿਲਾਂ ਆਮ ਤੌਰ ਤੇ ਜਦੋਂ ਆਪਾਂ ਮੈਟ ਫਿਨਿਸ਼ਿੰਗ ਲੈਣੀ ਹੈ ਤਾਂ ਆਪਾਂ ਗੱਡੀਆਂ ਨੂੰ ਰੈਪ ਕਰਵਾਉਂਦੇ ਸੀ ਤੇ ਇਹ ਰੈਪ ਨਹੀਂ ਆ ਬਿਲਕੁਲ オリジナル ਕੰਪਨੀ ਵੱਲੋਂ ਜੈਨੂਨ ਪੇਂਟ ਆ ਰਿਹਾ ਔਰ ਬਹੁਤ ਹੀ ਜਿਆਦਾ ਖੂਬਸੂਰਤ ਲੱਗ ਰਿਹਾ ਇਹਦੇ ਚ ਮੈਂ ਤੁਹਾਨੂੰ ਬਲੂ ਕਲਰ ਵੀ ਦਿਖਾਉਣਾ ਅੱਗੇ ਇਹ ਬਲੂ ਕਲਰ ਦੇ ਵਿੱਚ ਮੈਟ ਆ ਬਰੀਜ਼ਾ ਬਾਕੀ ਸਾਰੀ ਨਾਰਮਲ ਫਰੰਟ ਬੈਕ ਬਿਲਕੁਲ ਸੇਮ ਆ ਕੋਈ ਫਰਕ ਨਹੀਂ ਔਰ ਆ ਦੋਸਤੋ ਮੈਟ ਕਲਰ ਜਿਹੜੇ ਆ ਆਟੋਮੈਟਿਕ ਔਰ ਮੈਨੂਅਲ ਦੋਨਾਂ ਚ ਅਵੇਲੇਬਲ ਮਿਲਣਗੇ ਸਨ ਰੂਫ ਵਗੈਰਾ ਸਾਰਾ ਕੁਝ ਉਦਾਂ ਹੀ ਨਾਰਮਲ ਆਊਗਾ ਮੈਡ ਕਲਰਾਂ ਦੀ ਲਾਂਚਿੰਗ ਜਿਹੜੀ ਆ ਹੋ ਗਈ ਹੈ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਮਰੂਤੀ ਸੰਜੁਕੀ ਦੇ ਸ਼ੋਰੂਮ 'ਚ ਜਾ ਕੇ ਇਹ ਗੱਡੀ ਬੁੱਕ ਕਰਾ ਕੇ ਇਹ ਖਰੀਦ ਸਕਦੇ ਹੋ ਇਹਦੀ ਕੋਈ ਜ਼ਿਆਦਾ ਵੇਟਿੰਗ ਨਹੀਂ ਹੈ ਨਾਰਮਲ ਹੀ ਤੁਹਾਨੂੰ ਮਿਲ ਜਾਊਗੀ ਦੋਸਤੋ ਇਹ ਜਿਹੜੀ ਤੁਸੀਂ ਵੈਗਨਰ ਦੇਖ ਰਹੇ ਹੋ ਇਹ ਕੋਈ ਆਮ ਵੈਗਨਰ ਨਹੀਂ ਹੈ ਇਹ ਫਲੈਕਸ ਫਿਊਲ ਵਾਲੀ ਵੈਗਨਰ ਆ 에ਥਨੋਲ ਵਾਲੀ ਵੈਗਨਰ ਆ ਜਿਵੇਂ ਕਿ ਤੁਹਾਨੂੰ ਮੈਂ ਦੱਸਦਾ ਰਹਿਣਾ ਕਿ ਆਉਂਦਾ ਸਮਾਂ ਫਲੈਕਸ ਫਿਊਲ ਦਾ ਈਵੀ ਦਾ ਹਾਈਬ੍ਰਿਡ ਦਾ ਤੇ ਉਸੇ ਤਰ੍ਹਾਂ ਹੀ ਭਾਰਤ ਸਰਕਾਰ ਜਿਹੜੀ ਆ ਫਲੈਕਸ ਫਿਊਲ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰ ਰਹੀ ਹੈ ਮਰੂਤੀ ਸੰਯੁਕੀ ਵੱਲੋਂ ਇਹ ਪਹਿਲੀ ਗੱਡੀ ਪੇਸ਼ ਕੀਤੀ ਗਈ ਹੈ ਫਲੈਕਸ ਫਿਊਲ ਦੇ ਵਿੱਚ ਫਲੈਕਸ ਫਿਊਲ ਜਿਹੜਾ ਉਹ ਪਾਵਰ ਵੀ ਜ਼ਿਆਦਾ ਦੇਊਗਾ ਮਾਈਲੇਜ ਵੀ ਜ਼ਿਆਦਾ ਦੇਊਗਾ ਔਰ ਬਹੁਤ ਸਸਤਾ ਹੋਊਗਾ ਇੰਡੀਆ ਦੇ ਵਿੱਚ ਹੀ ਤਿਆਰ ਹੋਊਗਾ 에ਥਨੋਲ ਦੀ ਇੰਡੀਆ ਦੇ ਵਿੱਚ ਕੋਈ ਕਮੀ ਨਹੀਂ ਆ ਫਸਲਾਂ ਤੋਂ ਗੰਨੇ ਤੋਂ ਜ਼ਿਆਦਾ 에ਥਨੋਲ ਤਿਆਰ ਹੁੰਦਾ ਇਸ ਕਰਕੇ ਸਾਡੇ ਵਾਸਤੇ ਉਹ ਬੜਾ ਫਾਇਦੇਮੰਦ ਰਹੂਗਾ ਕੰਪਨੀ ਦਾ ਕਹਿਣਾ ਹੈ ਕਿ 에thanol ਵੈਗਨਰ ਆਪਾਂ 2024 ਦੇ ਵਿੱਚ ਲਾਂਚ ਕਰਾਂਗੇ ਤੇ 에thanol ਦੇ ਵਿੱਚ ਫਲੈਕਸ ਫਿਊਲ ਦੇ ਵਿੱਚ ਹੋਰ ਗੱਡੀਆਂ ਵੀ ਆਉਣ ਦੀ ਸੰਭਾਵਨਾ ਹੈ ਜਿੱਦਾਂ ਬਰੀਜ਼ਾ, ਸਵਿਫਟs ਛੋਟੀਆਂ ਜਿੰਨੀ ਰੇਂਜ ਆ ਉਹ ਮਰੂਤੀ ਸੰਜੁਕੀ ਨੇ ਸਾਰੀ ਹੀ 에thanol ਦੇ ਵਿੱਚ ਕਰ ਦੇਣੀ ਆ। ਦੋਸਤੋ ਆਉਂਦੇ ਸਮੇਂ 'ਚ ਮਰੂਤੀ ਸੰਜੁਕੀ ਵੱਲੋਂ ਫਲੈਕਸ ਫਿਊਲ, EV, ਹਾਈਬ੍ਰਿਡ ਮਰੂਤੀ ਵਾਲਾ ਔਰ ਟੋਇਟਾ ਦਾ origignal hybrid ਇਨ੍ਹਾਂ ਤੇ ਹੀ ਸਾਰੀਆਂ ਕਾਰਾਂ ਹੋਣਗੀਆਂ। ਡੀਜ਼ਲ ਮਰੂਤੀ ਸੰਜੁਕੀ ਤਾਂ ਪਹਿਲਾਂ ਹੀ ਬੰਦ ਕਰ ਚੁੱਕਿਆ। ਲੋ ਜੀ ਅੱਗੇ ਆ ਗਈ Swift ਕਾਫੀ ਜ਼ਿਆਦਾ ਲੋਕਾਂ ਦੀ ਫੇਵਰਿਟ ਕਾਰ Swift Swift ਦੀ ਸੇਲ ਵੀ ਕਾਫੀ ਜ਼ਿਆਦਾ ਹੁੰਦੀ ਹੈ ਇਹ Swift ਦਾ ਇੱਕ ਰੇਸਰ ਐਡੀਸ਼ਨ ਹੈ ਇਹਨੂੰ ਮੋਡੀਫਾਈ ਕੀਤਾ ਗਿਆ ਤੇ ਤੇ ਲੋਗੋ ਵਗੈਰਾ ਸਾਰੇ ਲਾ ਦਿੱਤੇ ਗਏ ਸਟਿਕਰ ਜੇ ਲਾ ਕੇ ਇਹਨੂੰ ਬੜਾ ਸੋਹਣਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਇਹਦੇ ਚ ਖਾਸ ਗੱਲ ਹੈ ਵਾ ਇਹਦੇ ਚ ਟਰਬੋ ਪੈਟਰੋਲ ਇੰਜਨ ਆਊਗਾ ਟਰਬੋ ਪੈਟਰੋਲ ਇੰਜਨ ਨਾਲ ਇਹਦੀ ਪਾਵਰ ਬਹੁਤ ਜ਼ਿਆਦਾ ਵੱਜੂਗੀ ਬੜੀ ਤਗੜੀ ਪਰਫਾਰਮੈਂਸ ਹੈ ਗੱਡੀ ਦੇਊਗੀ ਪਿਕਅਪ ਦੇ ਵਿੱਚ ਬੜਾ ਫਰਕ ਪਾਊਗਾ 1.2 ਲੀਟਰ ਟਰਬੋ ਪੈਟਰੋਲ ਇੰਜਨ ਇਹਦੇ ਚ ਆਊਗਾ ਤੇ ਇਹ ਗੱਡੀ ਜਿਹੜੀ ਹੈ ਚੰਦ ਦਿਨਾਂ ਦੇ ਅੰਦਰ ਅੰਦਰ ਸ਼ੋਰੂਮਾਂ 'ਚ ਪਹੁੰਚ ਜਾਊਗੀ ਜੇ ਤੁਸੀਂ ਲੈਣਾ ਚਾਹੋ ਤੇ ਇਹਦੀ ਬੁਕਿੰਗ ਕਰਾ ਸਕਦੇ ਹੋ ਕੰਪਨੀ ਵੱਲੋਂ ਇਦਾਂ ਦੱਸਿਆ ਗਿਆ ਕਿ ਇਹਦੀ ਡਿਲੀਵਰੀ ਜਿਹੜੀ ਆ ਬਹੁਤ ਜਲਦੀ ਉਹ ਮਰੂਤੀ ਸੰਯੁਕੀ ਦੇ ਸ਼ੋਰੂਮਾਂ ਤੋਂ ਮਿਲਣੀ ਸਟਾਰਟ ਹੋ ਜਾਊਗੀ ਸਾਰੀ ਸਾਈਡ ਜਿਹੜੀ ਆ ਮਰੂਤੀ ਸੰਯੁਕੀ ਦੀ ਆ ਜੇ ਤੁਸੀਂ ਦੇਖ ਸਕਦੇ ਹੋ ਠੀਕ ਆ ਔਰ ਇਹਦੇ ਜਿਹੜੇ ਟੂ-ਵੀਲਰ ਵੀ ਲਾਏ ਗਏ ਆ ਮਰੂਤੀ ਸੰਯੁਕੀ ਦੇ ਆ ਤੁਸੀਂ ਦੇਖ ਲਓ ਹਾਇਆਬੂਸਾ ਤੇ ਸਨਜ਼ੂਕੀ ਕਟਾਨਾ ਤੇ ਕੋ ਉਹਦਾ ਨਾਮ ਨਹੀਂ ਲੱਭ ਰਿਹਾ ਕਿੱਥੇ ਲਿਖਿਆ ਐ ਐਸਐਕਸ 250 ਹੈ ਸ਼ਾਇਦ ਇਹ ਹਾਇਆਬੂਸਾ ਦੇਖ ਲਓ ਜਿਹੜਾ ਅਸੀਂ ਨਿੱਕੇ ਹੁੰਦੇ ਧੂਬ ਵਿਲਮ ਚ ਨਹੀਂ ਦੇਖਿਆ ਉਹੀ ਹੈ ਤੇ ਬਾਕੀ ਅੱਜ ਰਾਸ਼ਨ ਕਾਫੀ ਜ਼ਿਆਦਾ ਕਿਉਂਕਿ ਪਬਲਿਕ ਦਾ ਅੱਜ ਪਹਿਲਾ ਦਿਨ ਹੀਗਾ ਤੇ ਵੈਸੇ মিডিਆ ਲਈ ਪਿੱਛੇ ਦੋ ਤਿੰਨ ਦਿਨਾਂ ਤੋਂ ਜਿਹੜੀ ਚੱਲ ਰਹੀ ਸੀ ਕਿ ਲਾਂਚਿੰਗ ਵਗੈਰਾ